ਸਾਲੂ ਯੂਟਿਊਬ ਫੈਮਿਲੀ ਗੋਡ ਬlesਸ ਯੂ ਆਲ ਅ ਪਰਮੇਸ਼ਰ ਦਾ ਇਹ ਵਚਨ ਤੁਹਾਡੀ ਸਾਰਿਆਂ ਲਈ ਮਾਫੀ ਦਾ ਕਾਰਨ ਬਣੇ ਪਰਮੇਸ਼ਰ ਸਨ ਮੈਨੂੰ ਤੇ ਤੁਹਾਨੂੰ ਮਾਫ ਕਰ ਦੇ ਜੋ ਅਸੀਂ ਗੁਨਾਹ ਕੀਤੇ ਆ ਜੋ ਅਸੀਂ ਜਾਣੇ ਜਾਂਣੇ ਜਿਵੇਂ ਕੀਤੇ ਆ ਅਸੀ ਪਿਤਾ ਪੁੱਤਰ ਪਵਿੱਤਰ ਆਤਮਾ ਦੀ ਅੱਗੇ ਆਉਨੇ ਆ ਆਪਣੇ ਸਾਰੇ ਗੁਨਾਹਾਂ ਨੂੰ ਕਬੂਲ ਕਰਦੇ ਆ ਤੇ ਪਰਮੇਸ਼ਰ ਜਿੱਦਾਂ ਆਪਣੀ ਪ੍ਰੇਰ ਵਿੱਚ ਕਿਹਾ ਆ ਕਿ ਤੁਸੀਂ ਆਪਣੇ ਪਾਪੀਆਂ ਨੂੰ ਆਪਣੇ ਕਰਜ਼ਾਈਆਂ ਮਾਫ਼ ਕਰੋਗੇ ਤਾਂ ਤੁਹਾਡੇ ਕਰਜ਼ ਅਤੇ ਮਾਪ ਪਾਪ ਮਾਫ਼ ਕੀਤੇ ਜਾਣਗੇ। हे ਮੇਰੇ ਪਿਤਾ ਪਰਮੇਸ਼ਰ ਅੱਜ ਮੈਂ ਆਪਣੇ ਸਾਰੇ ਪਾਪੀਆਂ ਜਿਨ੍ਹਾਂ ਨੇ ਸਾਡੇ ਵਿਰੁੱਧ ਪਾਪ ਕੀਤਾ ਪ੍ਰਭੂ ਜੀ ਮੇਰੇ ਪਰਿਵਾਰ ਦੇ ਵਿਰੁੱਧ ਪਾਪ ਕੀਤਾ ਪ੍ਰਭੂ ਜੀ ਨੇ ਸਾਰੇ ਪਾਪੇ ਨੂੰ ਮਾਫ ਕਰਦੇ ਆ ਪ੍ਰਭੂ ਜੀ ਤੇ ਮੈਨੂੰ ਵੀ ਸਾਰੇ ਪਾਪਾ ਤੋਂ ਮਾਫ ਕਰ ਦੋ ਸ਼ੁੱਧ ਕਰ ਦੋ ਪ੍ਰਭੂ ਜੀ ਅਸੀਂ ਆਪਣੇ ਹਸਬੰਡ ਵਾਈਫ ਨੂੰ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਚਾਚੇ ਤਾਇਆ ਨੂੰ ਜਿੰਨੇ ਸਾਡੇ ਰਿਲੇਟਿਵ ਆ ਜਿੰਨਿਆਂ ਦਾ ਸੀ ਕੋਈ ਗੁਨਾਹ ਕੀਤਾ ਉਹਨਾਂ ਸਾਰਿਆਂ ਤੋਂ ਅਸੀਂ ਮਾਫੀ ਮੰਗਦੇ ਆ ਤੇ ਜਿਨ੍ਹਾਂ ਨੇ ਸਾਡੇ ਵਿਰੁੱਧ ਕੋਈ ਵੀ ਪਾਪ ਕੀਤਾ ਅਸੀਂ ਉਹਨਾਂ ਸਾਰਿਆਂ ਨੂੰ ਉਨ੍ਹਾਂ ਦੇ ਪਾਪਾ ਤੋਂ ਅੱਜ ਮਾਫ ਕਰਦੇ ਆ ਇਹ ਪ੍ਰੇਅਰ ਜਿਹੜੀ ਆ ਤੁਸੀਂ ਅੱਜ ਸਾਰਿਆਂ ਨੇ ਇਹ ਜ਼ਰੂਰ ਕਰਨੀ ਹੈ ਜ਼ਰੂਰ ਹੀ ਕਰਨੀ ਹੈ ਤੇ ਸੱਚਮੁੱਚ ਦਿਲੋਂ ਮਾਫ ਕਰਨਾ ਹੈ ਉਹਨਾਂ ਨੂੰ ਕਿਉਂਕਿ ਇਹ ਵਚਨ ਮੇਰੇ ਵੱਲੋਂ ਨਹੀਂ ਇਹ ਪਰਮੇਸ਼ਰ ਵੱਲੋਂ ਆ ਕਿ ਚਾਹੇ ਕੋਈ ਨਬੀ ਚਾਹੇ ਕੋ ਕੋਸਲਾ ਕੋਈ ਇਨਸਾਨ ਆ ਕੋਈ ਆਮ ਇਨਸਾਨ ਆ ਜਿਹੜਾ ਮਰਜੀ ਇਨਸਾਨ ਆ ਜਦ ਤੱਕ ਤੁਸੀਂ ਦੂਜਿਆਂ ਨੂੰ ਮਾਫ ਨਹੀਂ ਕਰਦੇ ਤੁਸੀਂ ਜਿੰਨੀ ਮਰਜੀ ਮਾਫੀ ਮੰਗੀ ਜਾਓ ਤੁਹਾਡੇ ਪਾਪ ਮਾਫ ਨਹੀਂ ਹੁੰਦੇ ਕਿਉਂਕਿ ਪਹਿਲਾਂ ਤੁਹਾਨੂੰ ਦੂਜਿਆਂ ਨੂੰ ਮਾਫ ਕਰਨਾ ਪੈਣਾ ਸਾਨੂੰ ਉਹਨਾਂ ਦੀ ਜਗ੍ਹਾ ਤੇ ਖੜਨਾ ਪੈਣਾ ਫਿਰ ਸਾਡੇ ਪਾਪ ਮਾਫ ਹੋਣਿਆ ਚਾਹੇ ਕੋਈ ਵੀ ਕੁੜਤਨ ਚਾਹੇ ਕਰਵਾਲੀ ਕਰਵਾਲਾ ਬੱਚੇ ਆ ਆਂਡ ਗਵਾਂਡਾ ਸਾਨੂੰ ਹਰ ਇੱਕ ਨੂੰ ਮਾਫ ਕਰਨਾ ਹੀ ਪੈਣਾ ਕਿਉਂਕਿ ਇਹ ਜਿਹੜਾ ਵਚਨ ਆ ਪਰਮੇਸ਼ਰ ਦਾ ਪ੍ਰਕਾਸ਼ ਦੀ ਪੋਥੀ ਦਾ ਵਚਨ ਇਹਦੇ ਵਿੱਚ ਲਿਖਿਆ ਹੈ ਕਿ ਸ਼ੈਤਾਨ ਜਿੰਨੇ ਉਹਨਾਂ ਨੂੰ ਪਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਦਰਿੰਦਾ ਅਤੇ ਝੂਠਾ ਨਭੀ ਹੈ ਰਾਤ ਦਿਨੋ ਜੁਗੋ ਜੁਗ ਕਸ਼ਟ ਭੋਗਣਗੇ ਤੇ ਇਹ ਜਿਹੜਾ ਆ ਇਹਨੂੰ ਤੁਸੀਂ ਐਵੇਂ ਨਾ ਜਾਣਨਾ ਇਸ ਵਚਨ ਨੂੰ ਸੀਰੀਅਸਲੀ ਲੈਣਾ ਠੀਕ ਹੈ ਤੇ ਇੱਕ ਵਚਨ ਹੋਰ ਇਸ ਤਰ੍ਹਾਂ ਦਾ ਹੀ ਆ ਉਹ ਇਹ ਹੈ ਕਿ ਅਥਾਖੁੰਡ ਪੰਜਵੇਂ ਦੂਤ ਨੇ ਤੂਰੀ ਵਜਾਈ ਤਾਂ ਇੱਕ ਤਾਰਾ ਆਕਾਸ਼ੋਂ ਧਰਤੀ ਉੱਤੇ ਡਿੱਗਿਆ ਹੋਇਆ ਵੇਖਿਆ। ਥਾਖੁੰਡ ਦੀ ਖੂਹ ਦੀ ਕੁੰਜੀ ਉਹਨੂੰ ਦਿੱਤੀ ਗਈ। ਉਹਨੇ ਅਥਾਖੁੰਡ ਦੇ ਖੂਹ ਨੂੰ ਖੋਲਿਆ ਤਾਂ ਉਸ ਖੂਹ ਵਿੱਚੋਂ ਧੂਆਂ ਵੱਡੇ ਪੱਠੇ ਦੇ ਧੂਏ ਵਾਂਗ ਉੱਠਿਆ ਤੇ ਖੂਹ ਦੇ ਉਸ ਖੂਹ ਦੇ ਉਸ ਧੂਏ ਨਾਲ ਸੂਰਜ ਅਤੇ ਪੌਣ ਕਾਲੇ ਪੈ ਗਏ। ਇਹ ਜਿਹੜਾ ਦ੍ਰਿਸ਼ ਆ ਇਹ ਇੱਕ ਨਰਕ ਦਾ ਦ੍ਰਿਸ਼ ਆ ਕਿ ਨਰਕ ਕਿਸ ਤਰ੍ਹਾਂ ਦਾ ਆ ਤੇ ਹੋਰ ਵੀ ਵਚਨਾ ਵਿੱਚ ਲਿਖਿਆ ਗਿਆ ਆ ਕਿ ਜਿੱਥੇ ਕਿ ਨਰਕ ਦੀ ਸਾਰੀ ਦੱਸਿਆ ਆ ਕਿ ਨਰਕ ਵਿੱਚ ਕੀ ਆ ਤੇ ਚੀਖਾਂ ਸਿਰਫ ਚੀਕਾਂ ਤੋਂ ਇਲਾਵਾ ਕੁਝ ਨਹੀਂ ਆ ਮੈਂ ਇੱਕ ਵੀਡੀਓ ਦੇਖੀ ਇੰਗਲਿਸ਼ ਵਿੱਚ ਸੀ ਉਹ ਜਿਹੜੇ ਪਾਸਟਰ ਆ ਨਾਈਜੀਰੀਅਨ ਪਾਸਟਰ ਆ ਪਾਸਟਰ ਡੈਨੀਅਲ ਤੇ ਉਹ ਪਾਸਟਰ ਡੈਨੀਅਲ ਜਿਹੜੇ ਆ ਉਹ ਸਵਰਗ ਵਿੱਚ ਵੀ ਗਏ ਤੇ ਨਰਕ ਵਿੱਚ ਵੀ ਗਏ ਤੇ ਉਹਨਾਂ ਨੇ ਉਹ ਤਿੰਨ ਦਿਨ ਐਕਸੀਡੈਂਟ ਦੇ ਨਾਲ ਉਹ ਮਰ ਗਏ ਸੀ ਡਿਕਲੇਰੇਸ਼ਨ ਹੋ ਗਈ ਸੀ ਸਰਟੀਫਿਕੇਟ ਮਿਲ ਚੁੱਕਾ ਸੀ ਕਿ ਇਹ ਮਰ ਗਏ ਆ ਪਰ ਉਹਨਾਂ ਦੀ ਪਤਨੀ ਨੇ ਕਿਹਾ ਕਿ ਨਹੀਂ ਉਹ ਮਰੇ ਨਹੀਂ ਐ ਤੇ ਉਹਨਾਂ ਨੇ ਉਹਨਾਂ ਦੀ ਬੋਡੀ ਨੂੰ ਚਰਚ ਵਿੱਚ ਲਿਆਂਦਾ ਤੇ ਜਿੱਥੇ ਉਹਨੇ ਰਿਕੁਐਸਟ ਕੀਤੀ ਕਈਆਂ ਨੇ ਉਹਨਾਂ ਦਾ ਵਿਰੋਧ ਕੀਤਾ ਕਈ ਉਹਦੇ ਹੱਕ ਵਿੱਚ ਸੀ ਕਿ ਉਹ ਪਾਸਟਰ ਸੀ ਕਿਉਂਕਿ ਡੈਨੀਅਲ ਉਹ ਪਾਸਟਰ ਸੀਗੇ ਨਾਈਜੀਰੀਅਨ ਪਾਸਟਰ ਤੇ ਉਹਨਾਂ ਨੇ ਫਿਰ ਉਹਨੇ ਕਨਵਿੰਸ ਕੀਤਾ ਉਹਨੇ ਸਾਰਿਆਂ ਨੂੰ ਬੁਲਾਇਆ ਉਹਨਾਂ ਨੇ ਉੱਥੇ ਪ੍ਰੇਅਰ ਕੀਤੀ ਤਿੰਨ ਦਿਨ ਉਹਨਾਂ ਨੇ ਪ੍ਰੇਅਰ ਕੀਤੀ ਤੇ ਉਹ ਜਿਹੜੀ ਪ੍ਰੇਅਰ ਆ ਕਾਮਯਾਬ ਹੋਈ ਪਰ ਉਹਨਾਂ ਨੂੰ ਨਹੀਂ ਸੀ ਪਤਾ ਉਹ ਤਾਂ ਵੈਸੇ ਪ੍ਰੇਅਰ ਕਰ ਰਹੇ ਸੀ ਪਰ ਇੱਧ ਦੇ ਜਿਹੜੇ ਪਾਸਟਰ ਡੈਨੀਅਲ ਸੀ ਉਹ ਹੈਵਨ ਤੇ ਹੈਲ ਪਰਮੇਸ਼ਰ ਉਹਨਾਂ ਦੇ ਪਰਮੇਸ਼ਰ ਦੇ ਦੂਤ ਸੀ ਉਹ ਉਹਨਾਂ ਨੂੰ ਲੈ ਕੇ ਸਵਰਗ ਤੇ ਨਰਕ ਦਾ ਸਾਰਾ ਹਾਲ ਦਿਖਾਇਆ ਕਿ ਉੱਥੇ ਚਿੱਟੇ ਕੱਪੜੇ ਪਾਏ ਹੋਏ ਸੰਤ ਜਿਹੜੇ ਸੀ ਉਹ ਪ੍ਰੇਰ ਕਰ ਰਹੇ ਸੀ ਤੇ ਫਿਰ ਐਂਜਲ ਨੇ ਕਿਹਾ ਐਂਜਲ ਨੇ ਐਂਜਲ ਨੇ ਦੱਸਿਆ ਉਹਨੂੰ ਕਿ ਇਹ ਪਾਸਟਰ ਨੇ ਜਦੋਂ ਪੁੱਛਿਆ ਕਿ ਇਹ ਕੌਣ ਆ ਇਹ ਐਂਜਲ ਆ ਤੇ ਫਿਰ ਐਂਜਲਸ ਨੇ ਕਿਹਾ ਨਹੀਂ ਇਹ ਐਂਜਲਸ ਨਹੀਂ ਹੈ ਕਿਉਂਕਿ ਐਂਜਲਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਉਹਨਾਂ ਦੇ ਪੰਖ ਹੁੰਦੇ ਆ ਉਹਨਾਂ ਦੇ ਖੰਭ ਹੁੰਦੇ ਆ ਤੇ ਇਹ ਜਿਹੜੇ ਆ ਇਹ ਸੰਤ ਆ ਜਿਹੜੇ ਚਿੱਟੇ ਕੱਪੜੇ ਦੇਦੇ ਇਹ ਸ਼ਾਂਤ ਆ ਜਿਹੜੇ ਪ੍ਰੇਅਰ ਕਰ ਰਹੇ ਆ ਪਰਮੇਸ਼ਰ ਦੀ ਵਡਿਆਈ ਕਰ ਰਹੇ ਆ ਵਰਸ਼ਿਪ ਕਰ ਰਹੇ ਆ ਫਿਰ ਪਰਮੇਸ਼ਰ ਜਿਹੜੇ ਪਰਮੇਸ਼ਰ ਦੂਤ ਸੀ ਉਹਨਾਂ ਨੇ ਡੈਨੀਅਲ ਨੂੰ ਸਵਰਗ ਦਿਖਾਇਆ ਕਿ ਜਿੱਥੇ ਸਾਡੇ ਨਾਂ ਦੇ ਮੈਂਸ਼ਨ ਬਣਿਆ ਉੱਥੇ ਉਹਨਾਂ ਦਿਖਾਇਆ ਕਿ 뮤직 ਜਿਹੜੇ ਫੁੱਲ ਵੀ ਆ ਉਹ ਵੀ ਤਾਲੀਆਂ ਵਜਾਉਂਦੇ ਆ ਜਿੱਦਾਂ ਵਚਨ ਦੇ ਵਿੱਚ ਲਿਖਿਆ ਆ ਇੱਕ ਵੀ ਬਿੰਦੀ ਟਿੱਪੀ ਟਲ ਨਹੀਂ ਸਕਦੀ ਕਿ ਰੁਖ ਤਾਲੀਆਂ ਵਜਾਉਣਗੇ ਉਥੇ ਸਵਰਗ ਵਿੱਚ ਸੱਚ ਮੁੱਚ ਰੁਖ ਤਾਲੀਆਂ ਵਜਾਉਂਦੇ ਆ ਫੁੱਲ ਗਾਉਂਦੇ ਆ ਉਹਨਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਫੇਰ ਉਹਨਾਂ ਨੇ ਉਹਨੂੰ ਲੈ ਕੇ ਗਏ ਨਰਕ ਵਿੱਚ ਤੇ ਨਰਕ ਦੇ ਵਿੱਚ ਜਿੱਦਾਂ ਇੱਥੇ ਵਚਨ ਚ ਮੈਂ ਹੁਣ ਪੜ ਕੇ ਠੀਆਂ 20 ਦੇ ਵਿੱਚ 20 ਦੇ ਵਿੱਚ ਜਿਹੜਾ ਸਿਗਾ ਵਚਨ ਆ ਬੜਾ ਕਿ ਲਿਖਿਆ ਨਾ 20 ਦੇ 10 ਵਿੱਚ ਲਿਖਿਆ ਨਾ ਦਰਿੰਦਾ ਅਤੇ ਝੂਠਾ نبی ਹੈ ਜਿੱਥੇ ਉਹ ਦਰਿੰਦਾ ਅਤੇ ਝੂਠਾ نبی ਹੈ ਕਿ ਉਥੇ ਉਹਨੇ نبی ਦੇਖਿਆ ਕਿ ਜਿਸ ਨੇ ਉਹ ਪਾਸਟਰ ਸੀ ਪਾਸਟਰ ਕੇ ਪੋਸਲ ਸੀ ਤੇ ਪਾ ਉਹਨੇ ਉਥੇ ਨਰਕ ਵਿੱਚ ਉਹਨੂੰ ਦੇਖਿਆ ਤੇ ਉਹ ਫਿਰ ਉਹਨੂੰ ਦੇਖ ਸਕਦੇ ਸੀ ਡੈਨੀਅਲ ਨੂੰ ਜਿਹੜੇ ਨਰਕ ਵਿੱਚ ਲੋਕ ਸੀਗੇ ਤਾਂ ਉਹ ਉਹ ਡੈਨੀਅਲ ਨੂੰ ਪੁਕਾਰ ਰਏ ਸੀ ਕਿ ਸਾਨੂੰ ਬਚਾਲਾ ਸਾਨੂੰ ਮੈਨੂੰ ਮਾਫ ਕਰ ਦੇ ਕਿ ਮੈਂ ਮੈਨੂੰ ਮਾਫ ਕਰਦੇ ਕਿ ਮੈਂ ਮਾਫੀ ਮੰਗਣ ਲਈ ਤਿਆਰ ਆ ਕਿ ਮੈਂ ਪਛਤਾਵਾ ਕਰਨ ਲਈ ਤਿਆਰ ਆ ਪਰ ਮੈਨੂੰ ਇੱਥੋਂ ਕੱਢ ਲਾ ਤੇ ਪਰ ਉਹਨੂੰ ਹੋਰ ਤਾੜਨਾ ਹੋਈ ਕਿਉਂਕਿ ਜਿਹੜਾ ਹੱਲਾ ਜਿਹੜਾ ਨਰਕ ਆ ਉਹਦੇ ਵਿੱਚ ਰਹਿਮ ਨਹੀਂ ਆ ਉਹਦੇ ਵਿੱਚ ਮਾਫੀ ਨਹੀਂ ਆ ਜਿਹੜੀ ਮਾਫੀ ਮੰਗਣ ਦਾ ਮੌਕਾ ਸਿਰਫ ਤੇ ਸਿਰਫ ਧਰਤੀ ਤੇ ਆ ਸਿਰਫ ਤੇ ਸਿਰਫ ਧਰਤੀ ਤੇ ਆ ਜਦੋਂ ਤੁਸੀਂ ਇੱਥੋਂ ਨਿਕਲ ਗਏ ਤੇ ਇਹ ਵੀ ਮਾਫੀ ਦਾ ਵੀ ਸਮਾਂ ਹੋਣਿਆ ਹੋਣਿਆ ਇਹ ਥੋੜੇ ਚਿਰ ਲਈ ਮਾਫੀ ਮੰਗ ਸਕਦੇ ਫਿਰ ਜਿਹੜੇ ਨਾ ਮਾਫੀ ਵੀ ਮੰਗੂਗੇ ਧਰਤੀ ਤੇ ਵੀ ਤਾਂ ਫਿਰ ਮਾਫ ਨਹੀਂ ਹੋਣਾ ਕਿਸੇ ਨੇਗੀ ਇਸ ਲਈ ਅਮੀਰੀ ਗਰੀਬੀ ਦੀ ਚਿੰਤਾ ਚੋਂ ਨਿਕਲ ਕੇ ਮਾਫੀ ਵੱਲ ਆ ਜਾਓ ਕਿ ਆਪਣੇ ਗੁਨਾਹਾਂ ਤੋਂ ਤੇ ਉਹਦੇ ਉਹਨੂੰ ਡੈਨੀਅਲ ਨੂੰ ਫਿਰ ਉਹਨਾਂ ਨੇ ਦਿਖਾਇਆ ਕਿ ਜਿਹੜੇ ਵਿੱਚ ਕraft ਕਰਦਿਆ ਜਾਦੂ ਟੋਣੇ ਵਾਲੇ ਕੰਨ ਖੋਲ ਕੇ ਸੁਣ ਲਓ ਜਿਹੜੇ ਜਾਦੂ ਟੋਣੇ ਕਰਦੇ ਜਿਹੜੇ ਲੋਕਾਂ ਨੂੰ ਮੁਸੀਬਤਾਂ ਵਿੱਚ ਪਾਉਂਦੇ ਆ ਜਿਹੜੇ ਆਪਣੀਆਂ ਕੁਝ ਇੱਕ ਬlesing ਨੂੰ ਪਾਣ ਲਈ ਦੂਜਿਆਂ ਤੇ ਜਾਦੂ ਟੋਨੇ ਕਰਦੇ ਆ ਮਹਾ ਪੰਡਤਾਂ ਕੋ ਜਾਂਦੇ ਆ ਫਾਂਡਿਆ ਕੋਲ ਜਾਂਦੇ ਆ ਲੋਕਾਂ ਨੂੰ ਕਣੌਣੇ ਕੰਮ ਕਰਨ ਲਈ ਜਾਂਦੇ ਆ ਇਹ ਸਾਰੇ ਜਣੇ ਕੰਨ ਖੋਲ ਕੇ ਸੁਣ ਲੋ ਤੁਹਾਡੀ ਵਾਰੀ ਆ ਚੁੱਕੀ ਆ ਹੁਣ ਬਖਸ਼ੇ ਨਹੀਂ ਜਾਣਾ ਤੁਸੀਂ ਸਾਰੇ ਨੇ ਜਿਹੜੇ ਜਾਦੂ ਟੋਨੇ ਕਰਦੇ ਆ ਲੋਕਾਂ ਦੀਆਂ ਬlesing ਨੂੰ ਛੀਨਦੇ ਆ ਜਿਹੜੇ anointed annoy people ਆ ਉਹਨਾਂ ਦੀਆਂ blessings ਨੂੰ ਚੁਰਾਉਂਦੇ ਆ ਉਨਾਂ ਦੀ ਹੁਣ ਬਖਸ਼ਿਸ਼ ਨਹੀਂ ਹੋਣੀ ਉਹਨਾਂ ਨੂੰ ਮਾਫੀ ਨਹੀਂ ਮਿਲਣੀ ਕਿਉਂਕਿ ਚਾਹੇ ਉਹ ਨਬੀ ਆ ਚਾਹੇ ਉਹ ਆਮ ਲੋਕਾਂ ਤੁਹਾਨੂੰ ਕਿਸੇ ਨੂੰ ਪਾਪਾਂ ਦੀ ਮਾਫੀ ਨਹੀਂ ਮਿਲਣੀ ਜਿੰਨੇ ਜਿੰਨੇ ਕਿਸੇ ਦੀ ਅਨੋਇੰਟਿੰਗ ਚੁਰਾਈਆ ਜਿੰਨੇ ਜਿੰਨੇ ਵਿੱਚ ਕ੍ਰਾਫਟ ਕਰਕੇ ਕਿਸੇ ਨੂੰ ਥੱਲੇ ਸੁੱਟਿਆ ਜਿੰਨੇ ਜਿੰਨੇ ਵਿੱਚ ਕ੍ਰਾਫਟ ਕਰਕੇ ਲੋਕਾਂ ਨੂੰ ਉਹਨਾਂ ਦੇ ਉਹਨਾਂ ਦੀਆਂ ਬlesing ਨਹੀਂ ਲੈਣ ਦਿੱਤੀਆਂ ਉਹਨਾਂ ਦੀਆਂ ਬlesing ਨੂੰ ਚੋਰੀ ਕੀਤਾ ਜਿਨ੍ਹਾਂ ਨੇ ਕਿਸੇ ਦੇ ਘਰ ਚੋਰੀ ਕੀਤੀ ਜਿ ਬles ਜਾਦੂ ਟੋਨੇ ਰਹੀ ਵਿੱਚ ਕਰਾਫਟ ਰਹੀ ਜਿਨ੍ਹਾਂ ਕਿਸਾਨ ਨੇ ਕਿਸੇ ਨੇ ਕਿਸੇ ਨੂੰ ਕਰਜ਼ਿਆਂ ਚ ਪਾਇਆ ਕਿਸੇ ਦੇ ਕੰਮ ਬੰਦ ਕੀਤੇ ਆ ਠੱਪ ਕਰਾਏ ਆ ਉਹ ਸਾਰੇ ਚੁਕੰਨੇ ਹੋ ਜਾਓ ਉਹਨਾਂ ਦੀ ਵਾਰੀ ਆ ਚੁੱਕੀ ਆ ਇਹ ਹੁਣ ਤੁਪ ਪਰਮੇਸ਼ਰ ਦੇ ਨਿਆਉ ਦਾ ਟਾਈਮ ਆ ਚੁੱਕਾ ਪਰਮੇਸ਼ਰ ਨਿਆਉ ਕੰਝਾਰੇ ਇਸ ਲਈ ਰਿਪੈਂਟ ਕਰੋ ਮਾਫੀ ਕਰੋ ਤਾਂ ਕਿ ਤੁਸੀਂ ਉਸ ਨਰਕ ਦੀ ਸਜ਼ਾ ਤੋਂ ਬਚ ਜਾਓ ਕਿਉਂਕਿ ਨਰਕ ਵਿੱਚ ਜਿਹੜਾ ਡੈਨੀਅਲ ਨੇ ਜਿਹੜਾ ਦੇਖਿਆ ਆ ਕਿ ਜਿਹੜੇ ਵਿਚ ਕ੍ਰਾਫਟ ਕਰਨ ਵਾਲੇ ਆ ਜਿਹੜੇ ਜਾਦੂ ਟੋਣੇ ਵਾਲੇ ਆ ਜਿਹੜੇ ਅਪੋਸਲ ਆ ਜਿਹੜੇ ਬੁਰੇ ਕੰਮ ਕਰਦੇ ਆ ਜਿਨ੍ਹਾਂ ਨੇ ਜਾਦੂ ਟੋਣਾ ਦੂਜਿਆਂ ਤੇ ਕੀਤਾ ਉਹ ਆਪਣਾ ਹੀ మాਸ ਖਾਣਗੇ ਉਹਨਾਂ ਨੂੰ ਚੈਨ ਨਹੀਂ ਮਿਲਣਾ ਇਸ ਲਈ ਆਪਣੇ ਜਿਹਦੇ ਕੰਨ ਹੈ ਸੁਣੇ ਜਿਹਦੇ ਕੰਨ ਹੈ ਸੁਣ ਲੈ ਮਾਫੀ ਮੰਗ ਲਓ ਨਹੀਂ ਤਾਂ ਹਾਲਤ ਬੁੜੀ ਬੁਰੀ ਖਰਾਬ ਹੋਣੀ ਆ ਇੱਥੇ ਤਾਂ ਤੁਸੀਂ ਨਰਕ ਭੋਗੂਗੇ ਵੀ ਇੱਥੇ ਵੀ ਭੋਗੂਗੇ ਇਹ ਨਾ ਕਹੋ ਕਿ ਇੱਥੇ ਜਿਹੜੇ ਬੁਰੇ ਕੰਮ ਕਰਦੇ ਉਹਨਾਂ ਨੂੰ ਨਰਕ ਇੱਥੇ ਵੀ ਮਿਲਣਾ ਆ ਇਹ ਨਾ ਭੁੱਲਿਓ ਤੇ ਜਦੋਂ ਮਰ ਗਏ ਤੇ ਨਰਕ ਉੱਥੇ ਵੀ ਤਿਆਰ ਆ ਤੁਹਾਡੇ ਲਈ ਚਾਹੇ ਇਹਦਾ ਗੁੱਸਾ ਕਰੋ ਚਾਹੇ ਕਰੋ ਗਿਲਾ ਇਸ ਸੱਚਾ ਤੇ ਸੱਚ ਬਦਲ ਨਹੀਂ ਸਕਦਾ ਤੁਸੀਂ ਇਹਦਾ ਮੈਂ ਲਿੰਕ ਸ਼ੇਅਰ ਕਰ ਰਹੀ ਆਂ ਵੀਡੀਓ ਦਾ ਜੇ ਤੁਹਾਨੂੰ ਲੱਗਦਾ ਮੈਂ ਝੂਠੀ ਆਂ ਉਹ ਵੀਡੀਓ ਤੁਹਾਨੂੰ ਦੱਸੇਗਾ ਕਿਉਂਕਿ ਉਹ ਵੀਡੀਓ ਐਕਚੁਅਲ ਵੀਡੀਓ ਆ ਕਿ ਜਿਹਦੇ ਵਿੱਚ ਜਦੋਂ ਮਰਿਆ ਸੀ ਤੇ ਉਹਦੀ ਪ੍ਰੇਅਰ ਹੋ ਰਹੀ ਸੀ ਉਹਨੂੰ ਜੀਂਦਾ ਕਰਨ ਲਈ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਮੈਂ ਇਹਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨਸ ਵਿੱਚ ਮੈਂ ਪਾ ਦਵਾਂਗੀ ਇਹ ਇੰਗਲਿਸ਼ ਵਿੱਚ ਵੀਡੀਓ ਆ ਇਹ ਨਾਈਜੀਰੀਅਨ ਵੀਡੀਓ ਆ ਇਹ ਤੁਸੀਂ ਸਾਰੇ ਜਣੇ ਜ਼ਰੂਰ ਦੇਖਣਾ ਤੇ ਆਪਣੇ ਪਾਪਾ ਦੀ ਮਾਫੀ ਜ਼ਰੂਰ ਮੰਗਣਾ ਪਰਮੇਸ਼ਰ ਤੁਹਾਨੂੰ ਬlesਸ ਕਰਨ ਤੁਹਾਨੂੰ ਬੁੱਧੀ ਤੇ ਸਮਝ ਦੇਵੇ ਤੇ ਪਰਮੇਸ਼ਰ ਤੁਹਾਨੂੰ ਤੁਸੀਂ ਕਿਸੇ ਦੀ ਬlesਸਿੰਗ ਨਾ ਚੁਰਾਓ ਇਹ ਵਾਰਨਿੰਗ ਆ ਇਹ ਵਾਰਨਿੰਗ ਆ ਉਹਨਾਂ ਪਾਸਟਰਾਂ ਲਈ ਉਹਨਾਂ ਨਬੀਆਂ ਲਈ ਉਹਨਾਂ ਦਾਸਾਂ ਲਈ ਤੇ ਉਹ ਜਿਹੜੇ ਲੋਕ ਵਿੱਚ ਕ੍ਰਾਫਟ ਕਰਦਿਆ ਉਹਨਾਂ ਸਾਰੇ ਲੋਕਾਂ ਲਈ ਇਹ ਵਾਰਨਿੰਗ ਆ ਮਾਫ ਕਰਨਾ ਜੇ ਮੈਂ ਉੱਚਾ ਨਹੀਂ ਮੈਂ ਬੋਲ ਗਈ ਕਿਉਂਕਿ ਇਹ ਪਰਮੇਸ਼ਰ ਵੱਲੋਂ ਸ਼ਬਦ ਆ ਇਹ ਵਾਰਨਿੰਗ ਆ ਇਸ ਲਈ ਮੈਂ ਵੀ ਆਪਣੇ ਪਾਪਾ ਦੀ ਮਾਫੀ ਮੰਗਦੀ ਆ ਤੁਸੀਂ ਸਾਰੇ ਆਪਣੇ ਪਾਪਾ ਦੀ ਮਾਫੀ ਮੰਗੋ ਤਾਂ ਜੋ ਅਸੀਂ ਪਰਮੇਸ਼ਰ ਦੀ ਮੁਕਤੀ ਨੂੰ ਪਾ ਸਕੀਏ ਅਸੀਂ ਉਸ ਗਿਆਨ ਨੂੰ ਪਾ ਸਕੀਏ ਜਿੱਥੇ ਕਿ ਇੱਕ ਇਨਸਾਨੀਅਤ ਨੂੰ ਪਾ ਸਕੀਏ ਜਿੱਥੇ ਅਸੀਂ ਇੱਕ ਦੂਸਰੇ ਨੂੰ ਖੜਾ ਕਰਨਾ ਨਾ ਕਿ ਸਿੱਟਣਾ ਹੈ ਪਰਮੇਸ਼ਰ ਦੇ ਬਚਨਾਂ ਤੇ ਚੱਲਣ ਲਈ ਪ੍ਰੇਅਰ ਕਰੋ ਮਾਫੀ ਮੰਗੋ ਰਿਪੈਂਟ ਕਰੋ ਤੁਹਾਡਾ ਧੰਨਵਾਦ ਕਰਦੇ ਹਾਂ ਯੇਸ਼ੂ ਮਸੀਹ ਦੇ ਨਾਂ ਦੇ ਵਿੱਚ ਆਮੀਨ ਆਮੀਨ ਪ੍ਰਭੂ ਜੀ ਧੰਨਵਾਦ ਕਰਦੇ ਪ੍ਰਭੂ ਜੀ ਨਾ ਬਚਨਾਂ ਲਈ ਮੇਰੇ ਪਿਤਾ ਪਰਮੇਸ਼ਰ ਮਾਫ ਕਰਨਾ ਪ੍ਰਭੂ ਜੀ ਸਿਰਫ ਅੱਜ ਮਾਫੀ ਮੰਗਦੇ ਆ ਮਾਫੀ ਮੰਗਦੇ ਆ ਮਾਫ ਕਰ ਦਿਓ ਪ੍ਰਭੂ ਜੀ ਦਿਲ ਤੋਂ ਮਾਫੀ ਮੰਗਦੇ ਆ ਪ੍ਰਭੂ ਜੀ ਆਪਣੇ ਖਸੂਰ ਵਾਰਾਂ ਨੂੰ ਵੀ ਮਾਫ ਕੀਤਾ ਪ੍ਰਭੂ ਜੀ ਆਸੀਂ ਸਾਨੂੰ ਵੀ ਮਾਫੀ ਦੇ ਦਿਓ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਧੰਨਵਾਦ ਕਰਦੇ ਸਾਨੂੰ ਧੋ ਕੇ ਸ਼ੁੱਧ ਕਰ ਦਿਓ ਪ੍ਰਭੂ ਜੀ ਪਾਪਾਂ ਨੂੰ ਮਾਫ ਕਰ ਦਿਓ ਗਲਤੀਆਂ ਨੂੰ ਮਾਫ ਕਰ ਦਿਓ ਪ੍ਰਭੂ ਤੁਸੀਂ ਦਿਯਾ ਲੋ ਪਿਤਾ ਪਰਮੇਸ਼ਰ ਹਾਲੇਲੂਇਆ ਥੈਂਕ ਯੂ ਲਾਰਡ ਜੀਸਸ ਥੈਂਕ ਯੂ ਲਾਰਡ ਜੀਸਸ ਥੈਂਕ ਯੂ ਜੀਸਸ ਆਮੀਨ ਗੋਡ ਬlesਸ ਯੂ ਆਲ ਪ੍ਰੇਰ ਵਿੱਚ ਬਣੇ ਰਹੋ ਇਨਸਾਨ ਬਣੀ ਐ ਅਸੀਂ ਥੈਂਕ ਯੂ ਲਾਰਡ ਜੀਸਸ ਥੈਂਕ ਯੂ ਮੇਰੇ ਪਿਤਾ ਪਰਮੇਸ਼ਰ ਸਭ ਸੁਣਨ ਵਾਲਿਆਂ ਨੂੰ ਬੁੱਧੀ ਸਮਝਦਣਾ ਪ੍ਰਭੂ ਜੀ ਮਾਫ ਕਰਨਾ ਇਹਨਾਂ ਸਾਰੇ ਨੇ ਪਾਪਾਂ ਲਈ ਮਾਫੀ ਮੰਗਦੇ ਹਾਂ ਲਈ ਤੇ ਆਪਣੇ ਸਾਰੇ ਪਾਪਾਂ ਲਈ ਮਾਫੀ ਮੰਗਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਯਸ਼ਮ ਸਿੰਘ ਜੀ ਨਾਲ ਚੋਣ ਤੇ ਆਂਮੀ